ਸਤਿ ਸ਼੍ਰੀ ਅਕਾਲ ਜੀ, ਮੇਰੇ ਸ਼ੋਅ ਵਿੱਚ ਸਵਾਗਤ ਹੈ ਜੀ। ਨੀਟੂ ਸ਼ਟਰਾਂ ਵਾਲਾ ਸ਼ੋਅ ਹੋ ਬੱਲੇ। ਹਾਂਜੀ ਹਾਂਜੀ ਮਹਾਰਾਜ, ਕੀ ਸੁਣਨਾ ਚਾਹੋਗੇ? ਅਸੀਂ ਮੂਸੇ ਪਿੰਡ ਬੋਲਣ ਦੇ ਆ। ਹਾਂਜੀ ਬੋਲੋ ਜੀ। ਹਾਂਜੀ, ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਾ ਦਿਓ। ਹੋ ਡਾਲਰ ਵਾਂਗੂ ਜੀ ਨਾਮ ਤੇਰਾ ਚੱਲਦਾ, ਨੀ ਉਹਦੇ ਪੱਕੇ ਬੱਗੇ ਹਾਂ, ਸ਼ਹਿਰਾਂ ਨਾਲ ਨਹੀਂ ਜੁੜਦੇ, ਪਰ ਇਹ ਸਾਡੇ ਚੈਨਲ ਤੇ ਨਹੀਂ ਗਾਣਾ ਪੈਣਾ ਸਰ। ਸਰ ਅਸੀਂ ਤਾਂ ਗਏ ਸੀਗੇ, ਪਰ ਉਹਨਾਂ ਨੇ ਸਾਨੂੰ ਧੱਕੇ ਦੇ ਕੇ ਤੋਰਤਾ। ਸਾਡੀ ਹੀ ਕਿਸਮਤ ਮਾੜੀ ਸੀ, ਅਸੀਂ ਕਿਸੇ ਦੇ ਦਰ ਤੇ ਗਏ। ਉਹ ਯਾਰ ਸਾਨੂੰ ਉੱਥੇ ਕੀ ਪਤਾ ਸੀਗਾ, ਉਹ ਰੱਜਿਆਂ ਨੂੰ ਖਵਾਉਂਦਾ ਵਾ, ਭੁੱਖਿਆਂ ਨੂੰ ਭਜਾਉਂਦਾ ਵਾ, ਸਾਨੂੰ ਨਹੀਂ ਸੀ ਪਤਾ। ਇਸ ਗੱਲ ਦਾ ਸਾਨੂੰ ਹੁਣ ਪਤਾ ਲੱਗਾ। ਸਰ ਮੂਸਾ ਪਿੰਡ ਬਹੁਤ ਵਧੀਆ, ਬੰਦੇ ਉੱਥੋਂ ਦੇ ਬਹੁਤ ਘੈਂਟ ਆ, ਕਈ ਕਬੱਡੀ ਦੇ ਪਲੇਅਰ ਆ, ਕਈ ਟੂਰਨਾਮੈਂਟ ਖੇਡਦੇ ਆ। ਯਾਰ ਉੱਥੋਂ ਦੇ ਬੰਦੇ ਬੜੇ ਘੈਂਟ ਆ। ਕੰਮ ਫਿਰ ਤੁਹਾਨੂੰ ਪਤਾ ਹੀ ਆ, ਅਸੀਂ ਚ ਧੱਕਾ ਨਹੀਂ ਚੱਲਣ ਦੇਈਦਾ ਨਾ ਫਿਰ ਕਿਸੇ ਦਾ, ਸਿਵਾਏ ਰੱਬ ਤੋਂ ਧੱਕਾ ਨਹੀਂ ਚੱਲਦਾ ਸੱਜਣਾ। ਮਰਨਾ ਜੀਣਾ ਉਹਦੇ ਹੱਥ ਵਿੱਚ ਆ, ਇਹ ਗੱਲ ਯਾਦ ਰੱਖੀ ਸਾਡੀ ਸੱਜਣਾ ਤੂੰ। ਅੱਜ ਮੈਂ ਗੱਲ ਕੀਤੀ ਹੈ ਕਿ ਦੇਖੋ ਜਿਹੜਾ ਬੰਦਾ ਨਾ, ਆਪਾਂ ਹੁਣ ਕਹਿੰਦੇ ਕਿ ਮੈਂ ਅਮੀਰ, ਜਾਣੀ ਜਿਹੜਾ ਬੰਦਾ ਬਹੁਤਾ ਹੀ ਜਾਣੀ ਕਿ ਬਹੁਤ ਪੈਸਾ ਨਾ, ਬਹੁਤ ਜ਼ਿਆਦਾ ਰੱਬ ਨੇ ਪੈ ਦਿੱਤਾ ਉਹਨੂੰ, ਠੀਕ ਹੈ ਨੀ, ਉਹ ਵਾਲਾ ਅਗਲਾ ਉਲਟਰਾ ਚੱਲਦਾ। ਹੁਣ ਦੇਖੋ ਸਾਡੇ ਅੱਜ ਹੱਕ ਕਿਸਾਨਾਂ ਦੇ ਰੁਕੇ ਪਏ, ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ। ਇਹ ਦਿੱਲੀ ਗਏ ਨਹੀਂ ਗਏ? ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਸੋ ਸਾਡਾ ਵੀ ਭਰਾ ਹੀ ਆ ਮੂਸੇ ਵਾਲਾ, ਬਾਅਦ ਘੱਟ ਕਿਤੇ ਹੋ ਹੀ ਜਾਂਦੀ ਹੈ ਜੀ, ਕੋਈ ਗੱਲ ਨਹੀਂ ਜੀ। ਬੰਦਾ ਨਹੀਂ ਮਾੜਾ, ਲਿਖਤ ਨਹੀਂ ਮਾੜੀ, ਕਹਿੰਦੇ ਨਾ ਸਿੱਧੂ ਮੂਸੇ ਵਾਲਾ ਦਿਲ ਦਾ ਨਹੀਂ ਮਾੜਾ, ਦਿਲ ਦਾ ਮਾੜਾ ਵਾ ਪਰ ਲਿਖਤ ਚੰਗੀ ਆ। ਕਿਹੜਾ ਗਾਣਾ ਸੁਣਨਾ ਤੁਸੀਂ? ਕਿਹੜਾ ਗਾਣਾ ਸੁਣਨਾ ਭਾਅ ਜੀ? ਤੁਸੀਂ ਦੱਸੋ ਜਿਹੜਾ ਸੁਣਨਾ ਭਾਅ ਜੀ। ਮੂਸੇ ਵਰਗਾ ਤਾਂ ਆਪਾਂ ਲਿਖ ਨਹੀਂ ਸਕਦੇ, ਕਿਉਂਕਿ ਉਹਦੇ ਤਾਂ ਆਪਾਂ ਚਰਨਾਂ 'ਚ ਧੂਲ ਆ ਭਰਾਵਾ। ਲੰਡੂਆਂ 'ਤੇ ਯਾਰੀ ਯਾਰੀ ਦੇਖ ਲਾ ਲਾਉਂਦੇ, ਲੇਕਿਨ ਯਾਰੀ ਯਾਰੀ ਦੇਖ ਲਾ ਲੋਕੀ ਲਾਉਂਦੇ ਬਾਦਸ਼ਾਹ ਨਾਲ, ਜਾਂ ਲਾਉਂਦੇ ਯਾਰਾਂ ਨਾਲ। ਉਹ ਲੰਡੂਆਂ ਦੀ ਯਾਰੀ ਕਿਸੇ ਨੇ ਦੇਖਣੀ ਜੇ ਆ ਜੇ, ਯਾਰ ਸਾਡੇ ਪਿੰਡ, ਯਾਰ ਸਾਡੇ ਪਿੰਡ। ਅਸੀਂ ਕਹਿੰਦੇ ਹਾਂ ਤੂੰ ਖੜਾ ਹੋ ਇੱਥੇ, ਬਾਅਦ 'ਚੋਂ ਵਾਪਸ ਨਹੀਂ ਆਉਂਦੇ। ਉਹਨੂੰ ਕਹਿੰਦੇ ਨੇ ਲੰਡੂ, ਉਹ ਯਾਰੀ ਲਾਉਂਦੇ ਆ ਲੰਡੂਆਂ ਨਾਲ, ਉਹ ਯਾਰੀ ਲਾਉਂਦੇ ਆ ਲੱਡੂਆਂ ਦੇ ਨਾਲ। ਸਿਰੇ ਨਾਲ ਸਿਰਾ ਜੋੜਨਾ ਇਹ ਕਿਸੇ ਕਿਸੇ ਦਾ ਕੰਮ ਹੁੰਦਾ, ਅਸਮਾਨ 'ਤੇ ਪਤੰਗ ਕਿੱਦਾਂ ਚਾੜਨੀ ਇਹ ਕਿਸੇ ਕਿਸੇ ਦਾ ਕੰਮ ਹੁੰਦਾ। ਉਹ ਪੁੱਛ ਕੇ ਦੇਖ ਉਹਨਾਂ ਨੂੰ ਜਿਨ੍ਹਾਂ ਨੇ ਹੱਥਾਂ 'ਚ ਡੋਰਾਂ ਨੇ, ਅਸਮਾਨ 'ਚ ਗੁੱਡੀ ਚੜੀ ਆ, ਉਹ ਲੰਡੂਆਂ ਦੀ ਟੋਰਾਂ ਨੇ, ਉਹ ਲੰਡੂਆਂ ਦੀ ਟੋਰਾਂ ਨੇ। ਥੈਂਕ ਯੂ ਸਰ, ਓਕੇ ਬਾਏ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ, ਮੇਰੇ ਸ਼ੋਅ ਵਿੱਚ ਸਵਾਗਤ ਹੈ ਤੁਹਾਡਾ, ਵੈਲਕਮ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਬੜੀ ਬੜੀ ਮਿਹਰਬਾਨੀ ਤੁਹਾਡੀ। ਬਹੁਤ ਵਧੀਆ ਜੀ, ਤੁਸੀਂ ਸੁਣਾਓ ਘਰ ਪਰਿਵਾਰ ਜੀ? ਹਾਂਜੀ ਸਰ, ਉਹ ਮੈਂ ਸ਼ੋਅ ਦੇ ਵਿੱਚ ਗਾਣੇ ਵਿੱਚ ਚੱਲ ਰਿਹਾ ਜੀ। ਜੂਣਾ ਮੋੜ ਫਿਲਮ ਆ ਰਹੀ ਸਾਡੀ, ਭੂਤ ਵਾਲੀ ਮੂਵੀ ਆ, ਸ਼ਕਤੀਮਾਨ ਵਾ, ਫੌਜੀ ਫਾਰਮਰ ਆ, ਨਮੂਨੇ ਫਿਲਮ ਆ ਰਹੀ ਆ ਸਾਡੀ, ਰਿਲੀਜ਼ ਹੋਈਆਂ ਫਿਲਮਾਂ, ਤਿਆਰ ਆ, ਬਸ ਇਹ ਪਾਉਣੀਆਂ ਹੀ ਆ। ਬਹੁਤ ਮਿਹਰਬਾਨੀ, ਕੀ ਸੁਣੋਗੇ ਜੀ ਅੱਜ, ਕੀ ਸੁਣੋਗੇ ਭਾਜੀ? ਗਾਣਾ ਕਿਹੜਾ ਆ ਰਿਹਾ ਤੁਹਾਡੇ ਨਵਾਂ? ਬਾਪੂ ਮੈਨੂੰ ਤੇਰੇ ਵਰਗਾ ਯਾਰ ਨਹੀਂ ਲੱਭਣਾ, ਕੋਕਾ ਕੋਲਾ ਵਰਗਾ ਮੁੰਡਾ। ਨਹੀਂ ਨਵਾਂ ਗਾਣਾ ਸਰ, ਲੀਕ ਹੋ ਜਾਣਾ। ਹਾਂ ਸਰ, ਲਓ ਜੀ ਹੋਰ ਜਿਹੜੇ ਮੈਂ ਸੁਣ। ਡੀ ਜੀ ਪੀ ਪੰਜਾਬ ਦਾ ਹੋ ਬੱਲੇ, ਡੀ ਜੀ ਪੀ ਪੰਜਾਬ ਦਾ, ਨੀ ਮੈਂ ਹੋ ਗਿਆ ਪੁਲਿਸ ਵਿੱਚ ਭਰਤੀ, ਨੀ ਮੈਂ 1-2-3 ਸਦਾ ਕਰਤੀ, ਨੀ ਮੈਂ ਡੀ ਸੀ ਸਾਹਿਬ ਨਾਲ ਗੱਲ ਕਰਤੀ, ਨੀ ਮੈਂ ਹੋ ਗਿਆ ਪੁਲਿਸ ਵਿੱਚ ਪੰਜਾਬੀ, ਹੋ ਗਿਆ ਪੁਲਿਸ ਵਿੱਚ ਹੋ ਮੈਂ ਮੁੰਡਾ ਫੌਜੀ ਦਾ, ਹੋ ਜੇ ਤੂੰ ਮੇਰੇ ਨਾਲ ਕਰੀ ਨਾ ਵਿਆਹ, ਹੋ ਕੁੜੀ ਮੈਨੂੰ ਕਹਿੰਦੀ ਗੋਡ ਬਲੈਸ ਯੂ, ਹੋ ਮੇਰੇ ਫਾਦਰ ਦੀ ਹੋ ਗਈ ਗੋਡ ਬਲੈਸ ਯੂ। ਠੀਕ ਹੈ ਜੀ, ਓਕੇ ਜੀ, ਬਾਏ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਵੀ ਨੀਟੂ ਸ਼ਟਰਾਂ ਵਾਲਾ, ਮੇਰੇ ਸ਼ੋਅ ਦੇ ਵਿੱਚ ਸਵਾਗਤ ਹੈ ਜੀ। ਨੀਟੂ ਸ਼ਟਰਾਂ ਵਾਲਾ ਸ਼ੋਅ, ਹੋ ਬੱਲੇ ਹੋ ਬੱਲੇ। ਸੋ ਕਾਲ ਹੋ ਚੁੱਕੀ ਹੈ ਜੀ, ਜੁੜ ਚੁੱਕੇ ਹਾਂ ਜੀ ਆਪਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਾਡੇ ਸ਼ੋਅ ਵਿੱਚ ਸਵਾਗਤ ਹੈ ਤੁਹਾਡਾ ਜੀ, ਨੀਟੂ ਸ਼ਟਰਾਂ ਵਾਲਾ ਸ਼ੋਅ ਜੀ। ਹੈਲੋ, ਹਾਂਜੀ ਸਰ, ਥੋੜ੍ਹਾ ਉੱਚਾ ਬੋਲਿਆ ਜੇ। ਲਓ ਜੀ ਲਓ ਜੀ, ਡੀ ਜੀ ਪੀ ਪੰਜਾਬ ਦਾ
ਹੋ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰੋਂ ਤੇ ਬਾਹਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਬਈ ਹੋ ਬੱਲੇ ਡੀਜੀਪੀ ਪੰਜਾਬ ਬਈ ਵੱਜਦੇ ਸਲੂਟ ਬਈ ਹੋ ਬੱਲੇ ਵੱਜਦੇ ਸਲੂਟ ਬਈ ਹੁੰਦੀ ਏ ਪਰੇਡ ਬਈ ਡੀਜੀਪੀ ਪੰਜਾਬ ਦਾ ਹੋ ਬੱਲੇ ਡੀਜੀਪੀ ਪੰਜਾਬ ਦਾ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਜੀ ਸ਼ੋਅ ਦੇ ਵਿੱਚ ਆਉਣ ਦਾ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸੋ ਸਤਿ ਸ਼੍ਰੀ ਅਕਾਲ ਜੀ ਮੇਰੇ ਸ਼ੋਅ ਵਿੱਚ ਸਵਾਗਤ ਹੈ ਜੀ ਨੀਟੂ ਸ਼ਟਰਾਂ ਵਾਲੇ ਸ਼ੋਅ ਮੇਰੇ ਸ਼ੋਅ ਵਿੱਚ ਸਵਾਗਤ ਹੈ ਤੁਹਾਡਾ ਨੀਟੂ ਸ਼ਟਰਾਂ ਵਾਲੇ ਸ਼ੋਅ ਦੇ ਵਿੱਚ ਬੱਲੇ ਸਰ ਕੀ ਸੁਣਨਾ ਚਾਹੋਗੇ ਕਿਹਦੇ ਨਾਂ ਤੇ ਜੀ ਰਾਵਾਂ ਵਿੱਚ ਯਾਰ ਦੇਖੇ ਕਈ ਮੈਂ ਤੁਰੇ ਦੇਖੇ ਆ ਜਿਹੜੇ ਕਿਸੇ ਦੀ ਮਦਦ ਕਰਦੇ ਉਹ ਮੈਂ ਯਾਰ ਦੇਖੇ ਆ ਨਾਮ ਉਹਦਾ ਰਿਤਿਕ ਹੈ ਗੱਲ ਸਭ ਨੂੰ ਕਹਿ ਦੇ ਯਾਰ ਰਹਿੰਦਾ ਪੰਜਾਬ ਵਿੱਚ ਇਹ ਗੱਲ ਸਭ ਨੂੰ ਕਹਿ ਦੇ ਹੱਸਦਾ ਵਸਦਾ ਰਵੇ ਰੱਬਾ ਮੇਰਾ ਪੰਜਾਬ ਕਿਉਂਕਿ ਯਾਰ ਜਿੱਥੇ ਰਿਤਿਕ ਵਰਗੇ ਬੰਦੇ ਰਹਿੰਦੇ ਆ ਯਾਰ ਜਿੱਥੇ ਰਿਤਿਕ ਵਰਗੇ ਬੰਦੇ ਰਹਿੰਦੇ ਆ ਥੈਂਕ ਯੂ ਜੀ ਮਿਹਰਬਾਨੀ ਜੀ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੇ ਸ਼ੋਅ ਵਿੱਚ ਸਵਾਗਤ ਹੈ ਤੁਹਾਡਾ ਜੀ ਨੀਟੂ ਸ਼ਟਰਾਂ ਵਾਲਾ ਸ਼ੋਅ ਉਹ ਬੱਲੇ ਲਓ ਜੀ ਲਓ ਕੀ ਨਾਮ ਦੱਸੋ ਜੀ ਨਾਮ ਦੱਸੋ ਜੀ ਅਜੇ ਕੁਮਾਰ ਕਿੱਥੋਂ ਜੀ ਦਿੱਲੀ ਤੋਂ ਇਟਲੀ ਤੋਂ ਲਓ ਜੀ ਯਾਰ ਦੇਖ ਲੈ ਇਟਲੀ ਤੋਂ ਅਜੇ ਕੁਮਾਰ ਬੋਲਦੇ ਨੇ ਜੋ ਕਹਿੰਦੇ ਨੇ ਗੱਲ ਸੱਚ ਕਰਕੇ ਦਿਖਾਉਂਦੇ ਨੇ ਕਿਉਂਕਿ ਯਾਰ ਪੰਜਾਬ ਦੇ ਆ ਇਹ ਦਿਲ ਤੋਂ ਬੋਲਦੇ ਇਟਲੀ ਵਾਲੇ ਰਹਿਣ ਤੁਸੀਂ ਇਟਲੀ ਵਾਲੇ ਤੁਸੀਂ ਰਹੋ ਖੁਸ਼ ਇਹ ਨੀਟੂ ਸ਼ਟਰਾਂ ਵਾਲੇ ਦੀ ਅਰਦਾਸ ਹੈ ਉਹ ਵਾਹਿਗੁਰੂ ਤੋਂ ਮੰਗਦਾ ਸਭ ਦਾ ਭਲਾ ਇਹ ਸਭ ਦੀ ਹਾਂਜੀ ਕਰਾਓ ਜੀ ਕਰਾਓ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਬਾਬਾ ਜੀ ਕੀ ਹਾਲ ਚਾਲ ਜੀ ਬਹੁਤ ਬਹੁਤ ਮਿਹਰਬਾਨੀ ਸੋ ਬਾਹਰ ਵਾਲਿਆਂ ਨੇ ਮੇਰੀ ਸਪੋਰਟ ਕੀਤੀ ਸਰ ਜੋ NRI ਵੀਰ ਬਾਹਰ ਵਾਲੇ ਆ ਉਹਨਾਂ ਦਾ ਮੈਂ ਭਲਾ ਮੰਗਦਾ ਮਾਂ ਚਿੰਤਪੁਰੀ ਨੂੰ ਕਹਿੰਦਾ ਉਹਨਾਂ ਦੀ ਝੋਲੀਆਂ ਭਰੀਆਂ ਰਹਿਣ ਇਹ ਮੈਂ ਦੁਆ ਕਰਦਾ ਜੀ ਸੋ ਕੀ ਨਾਂ ਜੀ ਗੋਗੀ ਗੋਗੀ ਕੀ ਨਾਂ ਜੀ ਲਾਲ ਗੋਗੀ ਲਾਲ ਗੋਗੀ ਦੇ ਦੇਖ ਲੈ ਲਾਲ ਖੇਡਦੇ ਨੇ ਹਿੰਦੁਸਤਾਨ ਦੇ ਵਿੱਚ ਯਾਰ ਦੇਖ ਲੈ ਉਹਦੇ ਨਾਮ ਬੋਲਦੇ ਨੇ ਕੰਮ ਉਹਨੇ ਇੱਦਾਂ ਦੇ ਕਰ ਛੱਡੇ ਨੇ ਵੈਰੀਆਂ ਦੀ ਘੁੰਡੀਆਂ ਮੋੜੀਆਂ ਨੇ ਦੇਖ ਲੈ ਯਾਰ ਇਟਲੀ ਬੈਠਾ ਹਰ ਗੱਲ ਵਿੱਚ ਪੂਰੇ ਤੇਰਾ ਤੋਲਦੇ ਨੇ ਸੋ ਬਾਬੇ ਦੀ ਕਿਰਪਾ ਬਣੀ ਰਵੇ ਬਾਬੇ ਨਾਨਕ ਦੀ ਕਿਰਪਾ ਬਣੀ ਰਵੇ ਇਹ ਗੱਲ ਕਹਿੰਦੇ ਹਾਂ ਸੋ ਸਭ ਤੇ ਬਾਬਾ ਭਲਾ ਕਰੇ ਇਹ ਗੱਲ ਆਪਾਂ ਕਹਿੰਦੇ ਹਾਂ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਹੋ ਬੱਲੇ ਹੈਲੋ ਸਤਿ ਸ਼੍ਰੀ ਅਕਾਲ ਜੀ ਸੁਣੋਗੇ ਜੀ ਕੀ ਨਾਂ ਤੇ ਜੀ ਰੈਂਬੋ ਹੋ ਮੁੰਡੇ ਕਹਿੰਦੇ ਰੈਂਬੋ ਹਰ ਪਾਸੇ ਹੱਸਦਾ ਯਾਰ ਦੇਖ ਲਾ ਵੀ ਘੈਂਟ ਲੱਗਦਾ ਉਹ ਮੁੰਡੇ ਕਹਿੰਦੇ ਲਓ ਜੀ ਹੁਣ ਮੈਂ ਆਪਣਾ ਗਾਣਾ ਬਣਾ ਕੇ ਪੇਸ਼ ਕਰ ਲਾਂਗਾ ਤੁਹਾਡੇ ਸਾਹਮਣੇ ਦੁਨੀਆਂ ਵਿੱਚ ਨਾਮ ਚੱਲਦਾ ਰੈਂਬੋ ਆ ਦਿਲ ਵਿੱਚ ਸਾਡੀ ਯਾਦ ਅਤੇ ਸਾਡੇ ਹੱਥਾਂ ਵਿੱਚ ਯਾਰ ਹੈਗਾ ਰੈਂਬੋ ਆ ਹਰ ਕੋਈ ਬੰਦਾ ਬਣਨਾ ਚਾਹੁੰਦਾ ਰੈਂਬੋ ਵਰਗਾ ਵਾ ਕਿਉਂਕਿ ਯਾਰ ਰੈਂਬੋ ਇੱਕੋ ਹੀ ਆ ਉਹ ਰੈਂਬੋ ਵਰਗਾ ਵਾ ਉਹ ਰੈਂਬੋ ਵਰਗਾ ਰਮਨ ਨਮਨ ਨਾ ਨਾ ਕਰਦੀ ਦੁਨੀਆਂ ਦੇਖ ਲੈ ਹੱਸਦੀ ਰਹਿੰਦੀ ਹੈ ਯਾਰ ਸਾਡਾ ਨਮਨ ਹੈ ਇਹ ਹੱਸ ਕੇ ਗੱਲ ਨਹੀਂ ਕਰਦਾ ਗੱਲ ਸੀਰੀਅਸ ਵੀ ਕਰ ਜਾਂਦਾ ਵਾ ਉਹ ਦੁਖੀ ਦਿਲ ਦੀ ਦਵਾ ਦੇ ਦਿੰਦਾ ਯਾਰ ਕੋਈ ਇੱਦਾਂ ਦਾ ਵੀ ਕਰ ਜਾਂਦਾ ਵਾ ਯਾਰ ਕੋਈ ਇੱਦਾਂ ਦਾ ਵੀ ਕਰ ਜਾਂਦਾ ਸਤਿ ਸ਼੍ਰੀ ਅਕਾਲ ਜੀ ਲਾਈਵ ਚੱਲ ਰਿਹਾ ਜੀ ਹਰ ਜਗ੍ਹਾ 'ਤੇ ਯਾਰਾਂ ਦਾ ਯਾਰ ਹੁੰਦਾ ਕਿਸੇ ਨੂੰ ਖੁਸ਼ ਦੇਖਣ ਵਾਲਾ ਉਹ ਮੇਰਾ ਯਾਰ ਹੈਪੀ ਹੁੰਦਾ ਓਕੇ ਬਾਏ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੇ ਸ਼ੋਅ 'ਚ ਸਵਾਗਤ ਹੈ ਤੁਹਾਡਾ ਜੀ ਨੀਟੂ ਸ਼ਟਰਾਂ ਵਾਲੇ ਸ਼ੋਅ ਦੇ ਵਿੱਚ ਹਾਂਜੀ ਹਾਂਜੀ ਕੀ ਨਾਂ ਜੀ
ਮੋਹੀ ਤਹਰੀ ਕੇ ਪੱਤਨ ਦੇ ਵਿੱਚ ਯਾਰ ਰਹਿੰਦਾ ਵਾ, ਦੇਖ ਲੈ ਖੇਤੀਬਾੜੀ ਕਰਦਾ, ਸੁੱਖ ਸਭ ਦੀ ਮੰਗਦਾ ਰਹਿੰਦਾ ਵਾ। ਹਰੀ ਕੇ ਪੱਤਨ ਵਿੱਚ ਰਹਿੰਦੇ ਯਾਰ ਬੰਦੇ ਉਹ ਆ ਜਿਨ੍ਹਾਂ ਦੇ ਦਿਲ ਸਾਫ਼ ਆ, ਠੱਗੀ ਠੋਰੀ ਕਰਦੇ ਨਹੀਂ, ਬੜੇ ਘੈਂਟ ਬੰਦੇ ਆ, ਬੜੇ ਘੈਂਟ ਬੰਦੇ ਆ। ਧੰਨਵਾਦ ਜੀ, ਓਕੇ ਜੀ। ਹੈਲੋ, ਮੇਰੇ ਸ਼ੋਅ ਸਵਾਗਤ ਆ ਜੀ ਤੁਹਾਡਾ, ਲੱਖ ਲੱਖ ਸਵਾਗਤ ਆ ਜੀ। ਮੈਂ ਨੀਟੂ ਸ਼ਟਰਾਂ ਵਾਲਾ ਗੱਲ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ, ਕਿਰਪਾ ਤੁਹਾਡੀ, ਤੁਸੀਂ ਸੁਣਾਓ ਜੀ। ਕਿਹੜਾ ਪਿੰਡ ਜੀ? ਢੱਡੇ। ਕੀ ਨਾਂ ਜੀ? ਕੀ ਨਾਂ ਤੁਹਾਡਾ? ਰੋਗਪ੍ਰੀਤ ਸਿੰਘ। ਰੋਬਨਪ੍ਰੀਤ ਸਿੰਘ ਲਓ ਜੀ। ਰੋਬਨਪ੍ਰੀਤ ਸਿੰਘ ਦਾ ਨਾਮ ਸੁਣ ਕੇ ਦੇਖ ਲਿਆ ਵੀ ਯਾਰ ਦਿਲ ਹਿਲਦੇ ਨੇ। ਯਾਰ ਗੱਲ ਕਰਦਾ ਸਿਰੇ ਦੀ, ਗੱਲ ਮੁਕਾਉਣ ਵਾਲੇ ਕੰਮ ਕਰਦੇ ਨੇ। ਹਰ ਇੱਕ ਬੰਦਾ ਇੱਦਾਂ ਦੀ ਸੋਚ ਰੱਖੇ, ਸਾਡਾ ਇੰਡੀਆ ਅੱਗੇ ਜਾਏਗਾ। ਉਹ ਇਹਦੇ ਨਾਲ ਦੇ ਸਾਡੇ ਯਾਰ ਹੁਣ ਫਿਰ ਮੋਦੀ ਨੂੰ ਲਾਉਣ 'ਚ ਬਹੁਤਾ ਟਾਈਮ ਨਹੀਂ ਲੱਗੇਗਾ, ਬਹੁਤਾ ਟਾਈਮ ਨਹੀਂ ਲੱਗੇਗਾ। ਥੈਂਕ ਯੂ। ਲਓ ਜੀ। ਅੱਜ ਮੇਰੇ ਦੇਸ਼ ਦਾ ਪੰਜਾਬ ਰੋਂਦਾ ਰਹਿ ਗਿਆ, ਧੱਕਾ ਕਰੀ ਦੀਆਂ ਸਰਕਾਰਾਂ, ਧੱਕਾ ਕਰੀ ਗਈ ਸਰਕਾਰ, ਇਹੋ ਸੱਚ ਕਹਿ ਗਿਆ। ਅੱਜ ਮੇਰੇ ਦੇਸ਼ ਦਾ ਕਿਸਾਨ ਰੋਂਦਾ ਰਹਿ ਗਿਆ। ਠੀਕ ਹੈ, ਓਕੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰੇ ਸ਼ੋਅ ਸਵਾਗਤ ਆ ਤੁਹਾਡਾ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਠੀਕ ਹੈ ਜੀ, ਬਹੁਤ ਵਧੀਆ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ ਜੀ ਮਹਾਰਾਜ, ਮਿਹਰਬਾਨੀ ਜੀ। ਠੀਕ ਹੈ ਜੀ। ਠੀਕ ਹੈ ਭਾਜੀ, ਬੜੀ ਬੜੀ ਮਿਹਰਬਾਨੀ। ਤੁਸੀਂ ਆਪਣਾ ਨਾਮ ਦੱਸੋ ਭਾਜੀ। ਮੇਰਾ ਨਾਮ ਹੈਗਾ ਜੀ ਕਹਾਂ, ਬੱਬੂ ਕਟਾਲਾ ਜੀ। ਲਓ ਜੀ ਭਾਜੀ, ਸਾਡੇ ਸ਼ੋਅ ਵਿੱਚ ਤੁਸੀਂ ਕਾਲ ਕੀਤੀ ਹੈ, ਇਹ ਰਿਕਾਰਡਿੰਗ ਹੋ ਜਾਏਗੀ। ਠੀਕ, 3 ਦਿਨਾਂ ਬਾਅਦ ਤੁਹਾਨੂੰ ਤੁਹਾਡੀ ਆਵਾਜ਼ ਮਿਲੇਗੀ ਤੁਹਾਨੂੰ ਜੀ। ਕੀ ਨਾਮ ਦੱਸਿਆ? ਕੀ ਨਾਮ ਦੱਸਿਆ ਭਾਜੀ? ਮੈਂ ਠੀਕ ਹੈ ਸਰ। ਸਰ ਤੁਸੀਂ ਆਪਣਾ ਨਾਮ ਬੋਲੋ ਦੁਬਾਰਾ। ਬੱਬੂ ਕਟਾਲੇ ਤੋਂ, ਮਾਛੀਵਾੜੇ ਤੋਂ ਗੱਲ ਕਰਦਾ ਵਾ। ਦੇਖ ਲੈ ਯਾਰ, ਰੱਬ ਵਰਗਾ ਬੰਦਾ ਵਾ, ਇਹ ਸਭ ਦੀ ਮਦਦ ਕਰਦਾ ਵਾ। ਇਹਦੀ ਰੱਬ ਮਦਦ ਕਰੇਗਾ, ਇਹ ਅਸੀਂ ਕਹਿੰਦੇ ਹਾਂ। ਇਹ ਸਾਡੇ ਸ਼ੋਅ ਵਿੱਚ ਆਵੇਗਾ, ਸਾਡੇ ਦਿਲ ਦੇ ਅਰਮਾਨ ਪੂਰੇ ਕਰ ਜਾਵੇਗਾ। ਇਹ ਬੰਦਾ ਸੋ ਲੱਗਾ ਘੈਂਟ ਆ, ਗਾਰਡਰ ਵਰਗਾ ਯਾਰ ਆ, ਲੋਹੇ ਵਾਂਗੂ ਖੜਦਾ ਵਾ, ਚੱਟਾਨ ਵਰਗਾ ਸੀਨਾ ਵਾ, ਇਹਨੂੰ ਹਰਾਉਣ ਵਾਲਾ ਕੋਈ ਨਹੀਂ ਜੰਮਿਆ ਵਾ। ਇਹ ਗੱਲ ਤੈਨੂੰ ਅਸੀਂ ਕਹਿੰਦੇ ਹਾਂ ਯਾਰ, ਬੱਬੂ ਭਾਜੀ ਸਾਡਾ ਗ੍ਰੇਟ ਔਰ ਘੈਂਟ ਬੰਦਾ ਵਾ, ਬੱਬੂ ਘੈਂਟ ਬੰਦਾ ਵਾ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ। ਠੀਕ ਹੈ ਸਰ, ਮੈਂ ਭੇਜ ਦਿੰਦਾ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਸਰ। ਮੈਂ ਤੁਹਾਡਾ ਨੰਬਰ ਮੈਂ ਪੱਕਾ ਸੇਵ ਕਰ ਲੱਗਾ ਸਰ। ਤੁਸੀਂ ਕੋਈ ਗੱਲ ਨਹੀਂ ਸਰ, ਜਦੋਂ ਮਰਜ਼ੀ ਕਾਲ ਕਰੋ ਜੀ। ਪਰਸਨਲ ਨੰਬਰ ਤੁਹਾਨੂੰ ਦਿੱਤਾ ਜਾਏਗਾ ਇੱਕ। ਥੈਂਕ ਯੂ ਸਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਨੀਟੂ ਸ਼ਟਰਾਂ ਵਾਲਾ ਮੇਰੇ ਸ਼ੋਅ ਦੇ ਵਿੱਚ ਜੁੜ ਚੁੱਕੇ ਜੀ। ਨੀਟੂ ਸ਼ਟਰਾਂ ਵਾਲੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਪਣਾ ਨਾਮ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ। ਡੀ ਐਸ ਭੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ, ਸਲਾਮ ਜੀ। ਬਹੁਤ ਬਹੁਤ ਵਧੀਆ ਜੀ, ਬਹੁਤ ਕਿਰਪਾ ਤੁਹਾਡੀ ਜੀ। ਹੋਰ ਸੁਣਾਓ ਜੀ, ਕੀ ਸੁਣਨਾ ਚਾਹੋਗੇ ਜੀ? ਨਹੀਂ, ਅਸੀਂ ਕੀ ਕਰਨਾ, ਸਭ ਤੁਹਾਡੇ ਚਰਨਾਂ ਦੀ ਬਦੌਲਤ ਹੈ ਜੀ। ਇੱਕ ਦਿਨ ਸਿੰਗਰ ਬੈਠ ਕੇ ਹਾਂਜੀ ਹਾਂਜੀ ਹਾਂਜੀ
थैंक यू जी। साड़ी फिल्म आ रही है जी, नमूने भी आ रही है जी, भूत वाली मूवी है जी, एक आ रही जूना मोड़, एक फौजी फार्मर टू फिल्म भी आ रही है। क्या बात, नहीं नहीं जी थोड़े पैर पिछे जी, सो साड़ी फौजी थैंक यू जी, मेहरबानी जी, बहुत ज्यादा तुहाडा धन्नवाद जी। ते सो सर दो चार दिन तक भी पै रही है, पर 13 कलाकार जी उन्होंने उन्होंने असं काम किया वा, पोटू शाह वा, कुल्ले शाह वा, राजे बाजे आ, होर बहुत सारे चंडीगढ़ भी और बॉम्बे तो भी कलाकार आए जिन्होंने असं प्रसिद्ध कलाकार काम किया जी। बाजी ये जनता का प्यार ते जनता की दुआवां वा जी, मैं मान नहीं करता इस जग ते कि आए हैं कि लैके जाना वा, सारा इन्हों का पैरों का देना, सो सिर ते उही है जी, इन्हों का सिर ते हाथ प्यार भरिया जी, ता ही असं गाई दा जनता विच रही दा जनता विच। हां जी पिंड ते गाना बनेगा, दसो जी पिंड दा नाम। ਪੱਟੀ ਜੈਦਾਂ ਵਾਲੇ ਪੱਟੀ ਜੈਦਾਂ ਵਾਲਾ ਪੱਟੀ ਜੈਦ ਵਾਲਾ ਪੱਟੀ ਜੈਦ ਵਾਲੇ ਦਾ ਦੇਖ ਲਾ ਕੋਈ ਰੀਸ ਨਹੀਂ ਕਰ ਸਕਦਾ ਯਾਰ, ਦੇਖ ਲਾ ਨੌਕਰੀ ਸਰਕਾਰੀ ਕਰਦਾ ਪਰ ਕੋਈ ਕੰਮ ਨਹੀਂ ਕਰ ਸਕਦਾ, ਫੌਜ ਦਾ ਬੰਦਾ ਫੌਜ ਦੀ ਸੋਚ ਰੱਖਦਾ ਵਾ, ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਇਹ ਉਹਦੀ ਸੋਚ ਰੱਖਦੀ ਆ, ਹਰ ਜਗ੍ਹਾ 'ਤੇ ਕਿਤੇ ਨੀਵਾਂ ਨਹੀਂ ਪੈਣ ਦੇਣਾ ਹਿੰਦੁਸਤਾਨ ਨੂੰ, ਇਹ ਗੱਲ ਯਾਦ ਰੱਖਦਾ ਵਾ ਯਾਰ, ਆਪਣੀ ਛਾਤੀ ਅੱਗੇ ਕਰਕੇ ਹਿੰਦੁਸਤਾਨ ਦੀ ਸੇਵਾ ਕਰਦਾ, ਸੋ ਸਲੂਟ ਆ ਜੀ ਤੁਹਾਨੂੰ ਜੀ, ਤੁਹਾਡੇ ਪਿੰਡ ਵਾਲਿਆਂ ਨੂੰ ਔਰ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਨੂੰ, ਤੁਹਾਡੇ ਵਰਗੇ ਬੰਦੇ ਪੱਟੀ ਸਾਹਿਬ ਨਹੀਂ ਹੋਣੇ ਕਿ ਜੋ ਦੇਸ਼ ਦੀ ਸੇਵਾ ਕਰਦੇ ਆ, ਸੋ ਆਪਣੇ ਘਰ ਬਾਰ ਨੂੰ ਤੋਂ ਦੂਰ ਰਹਿ ਕੇ ਸਾਰੇ ਮੁਲਕ ਦੀ ਸੇਵਾ ਕਰਦੇ ਆ ਜੀ, ਸੋ ਕਮਾਂਡੋ ਵਾਲਿਆਂ ਨੂੰ ਜੀ ਬਹੁਤ ਪਿਆਰ, ਔਰ ਸਾਰੇ ਹੀ ਮੇਰੇ ਵੀਰ ਭਰਾ ਜਿਹੜੇ ਹੈਗੇ ਜਿੰਨੇ ਫੌਜੀ ਹੈ ਜੀ ਮੇਰੇ ਉਹਨਾਂ ਵਾਸਤੇ ਮੇਰੀ ਜਾਨ ਵੀ ਹਾਜ਼ਰ ਹੈ ਜੀ, ਹਰ ਇੱਕ ਲਹੂ ਦਾ ਕਤਰਾ ਕਹਿੰਦਾ ਵਾ ਜੈ ਜਵਾਨ ਜੈ ਕਿਸਾਨ, ਸੋ ਅਸੀਂ ਜਵਾਨਾਂ ਦੇ ਨਾਲ ਆ ਜੀ, ਜਦੋਂ ਮਰਜ਼ੀ ਅਜਮਾ ਲਓ ਅਸੀਂ ਜਵਾਨਾਂ ਦੇ ਨਾਲ ਆ ਜੀ, ਸੋ ਜੈ ਹਿੰਦ ਜੀ, ਫੌਜੀ ਸਾਹਿਬ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ, ਪੱਟੀ ਸਾਹਿਬ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ, ਠੀਕ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੇਰੇ ਸ਼ੋਅ 'ਚ ਸਵਾਗਤ ਹੈ ਤੁਹਾਡਾ ਜੀ। ਹਾਂਜੀ ਹਾਂਜੀ ਬਹੁਤ ਬਹੁਤ ਸਵਾਗਤ ਜੀ, ਦੱਸੋ ਜੀ ਕਿਹੜਾ ਗਾਣਾ ਸੁਣਨਾ? ਲਓ ਜੀ ਡੀਜੀਪੀ ਪੰਜਾਬ ਦਾ ਉਹ ਬੱਲੇ, ਡੀਜੀਪੀ ਪੰਜਾਬ ਦਾ ਹੋ ਬੱਲੇ, ਡੀਜੀਪੀ ਪੰਜਾਬ ਦਾ ਸ਼ਹਿਰ ਉੱਤੇ ਬਾਹਰ ਦਾ ਹੁੰਦੀ ਏ ਜਨਾਬ ਦਾ, ਡੀਜੀਪੀ ਪੰਜਾਬ ਦਾ ਉਹ ਬੱਲੇ, ਡੀਜੀਪੀ ਪੰਜਾਬ ਬਈ ਹੋ ਬੱਲੇ, ਡੀਜੀਪੀ ਪੰਜਾਬ ਬਈ ਵੱਜਦੇ ਸਲੂਟ ਬਈ ਹੁੰਦੀ ਏ ਪਰੇਡ ਬਈ, ਉਹ ਬੱਲੇ ਡੀਜੀਪੀ ਪੰਜਾਬ ਦਾ ਹੋ ਬੱਲੇ, ਸ਼ਹਿਰ ਉੱਤੇ ਬਾਹਰ ਦਾ ਹੁੰਦੀ ਏ ਜਨਾਬ ਦਾ, ਡੀਜੀਪੀ ਪੰਜਾਬ ਦਾ। ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ ਜੀ। ਹਾਂਜੀ ਜੀ ਭੂਤਾਂ ਵਾਲੀ ਮੂਵੀ ਹੈ ਜੀ ਮੇਰੀ ਆ ਰਹੀ, ਜੂਣਾ ਮੋੜ ਆ ਰਹੀ ਹੈ ਜੀ, ਨਮੂਨੇ ਫਿਲਮ ਹੈ ਜੀ, ਫੌਜੀ ਫਾਰਮਟ 2 ਫਿਲਮ ਜੀ। ਓਕੇ ਜੀ ਬਾਏ ਜੀ। ਹੈਲੋ ਉਹ ਮੇਰੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਜੀ, ਮੇਰਾ ਸ਼ੋਅ ਚੱਲਦਾ ਪਿਆ ਜੀ, ਥੈਂਕ ਯੂ ਜੀ ਤੁਸੀਂ ਸ਼ੋਅ ਵਿੱਚ ਕਲਾ ਕਾਲ ਕੀਤੀ ਜੀ, ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ ਕੁਲਵਿੰਦਰ ਨਾਮ ਜੀ, ਹਾਂਜੀ ਦੱਸੋ ਜੀ ਕੁਲਵਿੰਦਰ ਨਾਮ ਤੇ ਗਾਣਾ ਬਣਾ ਦੀ, ਕਰਦੇ ਨੇ ਕੰਮ ਜਿਹੜੇ ਵੱਡੇ ਵੱਡੇ ਨਾਮ ਉਹਦਾ ਕੁਲਵਿੰਦਰ, ਹਰ ਜਗ੍ਹਾ ਤੇ ਛਾਂਦਾ ਯਾਰ ਉਹਦਾ ਨਾਂ ਕੁਲਵਿੰਦਰ, ਬੱਲੇ ਬੱਲੇ ਕਰਾ ਦਿੰਦਾ ਤੱਕ ਪੂਰੀ ਪਾਉਂਦਾ ਲੁਧਿਆਣੇ ਦਾ ਯਾਰ ਕੁਲਵਿੰਦਰ, ਹਰ ਜਗ੍ਹਾ ਤੇ ਮਿਹਨਤੀ ਕਸ਼ ਬੰਦਾ ਲੁਧਿਆਣਾ ਅੱਗੇ ਆ, ਉਹਦਾ ਨਾਮ ਕੁਲਵਿੰਦਰ ਆ, ਉਹਦਾ ਨਾਮ ਕੁਲਵਿੰਦਰ। ਓਕੇ ਹਾਂਜੀ ਹਾਂਜੀ ਓਕੇ ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਵੀਰ ਨੀਟੂ ਸ਼ਟਰਾਂ ਵਾਲਾ, ਜਿਹੜੀ ਤੁਹਾਡੇ ਕੋਲ ਆਪਾਂ ਐਲਬਮ ਲੈ ਕੇ ਆ ਰਹੇ 30 ਗਾਣਿਆਂ ਦੀ, ਸੋ ਤੁਸੀਂ ਇੱਕ ਮਿਲੀਅਨ ਕਮੈਂਟ ਅਤੇ ਸੁਣ ਕਮੈਂਟ ਮਾਰ ਕੇ ਔਰ ਲਾਈਕ ਕਰਕੇ ਮੈਨੂੰ ਦਿਓ, ਅਤੇ ਮੈਂ ਤੁਹਾਡੇ ਵਾਅਦਾ ਕਰਦਾ ਤੁਹਾਡਾ, ਇਸ ਸ਼ਨੀਵਾਰ ਨੂੰ ਟੀਜ਼ਰ ਆ ਰਿਹਾ, ਅਗਲੇ ਸ਼ਨੀਵਾਰ ਨੂੰ ਮੈਂ
30 गाने थोड़े सामने रखने हैं तो तुम दब चढ़ के प्यार दे दो, ऐसकी जिनी सपोर्ट कर सकते हो खुल के कर दो। बाहर वाले हो, विदेश विदेश गए हो मेरे वीरो और मेरे NRI वीरो, तुहाडी सपोर्ट की लोड़ आ। अज हिंदुस्तान नू, हिंदुस्तान की मैनू लोड़ आ। सो 1 मिलियन मंगया मैं इस शनिवार छड़ के, अगले शनिवार मेरे 30 गाने ना आए तो मैं अपनी चैनल तो कभी शक्ल नहीं दिखाऊंगा। ये तुहाडे नाल वादा करदा 30 गाने सुपर तो सुपर हिट जिहड़े मेरे गाने है एकदम कट्ठे पैणगे। पर 1 मिलियन का टारगेट है, सिर्फ तुही दे सकते हो टारगेट, दुनिया च होर कोई नहीं इंसान नहीं। क्योंकि यार जिहड़ा मैनू प्यार करता वह सच्चा ईमानदार आ, दिल मेरा साफ है, दिल तुहाडा भी शीशे वांगू साफ है, चेहरा दसदा शीशा अपने आईने ते है, शीशा चेहरा दसदा अपना आईने ते है, तुहाडा प्यार दसेगा मैनू 1 मिलियन तुसीं किन्ने दिनां च किदां कराना वा, इहनूं छेती छेती 1 मिलियन पूरा करो। ते मैं अगले शनिवार तुहानूं 30 गाने कट्ठे दे रहा वा जी, एकदम कट्ठे ऑलरेडी और पूरे तैयार गाने पए है, सिर्फ 1 मिलियन की लोड़ है जी। किसी ने मेरी शर्त लगी जी 1 मिलियन होएंगे तो तुहाडे 30 गाने पाते जाओगे। तो प्लीज़ मैं तुहाडा प्यार मंगदा हाथ जोड़ के, एक समझ लो बेनती है या तुहाडे सामने गुजारिश है, और हाथ जोड़ के प्यार करदा मैं तुहानूं सच्चे प्यार वाले हो। अज तुहाडे तुसीं अपना प्यार दिखा दो ते नीटू शटना वाले नूं, और 1 मिलियन दे के लाइक शेयर कमेंट, ते ये गाने जिहड़े 30 गाने है अगले शनिवार मेरे तो लै लो। फिर अगले गाने की 50 गाने की होगी डिमांड, फिर उस तो अगले गाने 50 डिमांड होगी, और गाने तुहाडे ते इदां नहीं रहेंगे सुट देंगे, शायद इसकी कोई नवा काम इदां दा कर देंगे। मुंडा कोको कोलो वर्गा, बुढ़ जट, ते एक मेरे मामा जी गाने बहुत वधिया घेंट घेंट है जी, ते सो तुसीं सुन के तुहानूं बड़ा मजा आएगा। प्लीज़ तुसीं वध तों वध कमेंट करो जी, थैंक यू जी, बड़ी मेहरबानी तुहाडी जी।